ਹੈਲੋ एवरीवन ਅੱਜ ਆਪਾਂ ਫਾਦਰ ਜਾਂ ਫਾਊਂਡਰ ਆਫ ਜਿਹੜੇ ਜਿਹੜੇ ਡਿਫਰੈਂਟ ਯਾਨੀ ਕਿ ਲਗ ਲਗ ਫੀਲਡਸ ਦੇ ਕਿਹੜੇ ਕਿਹੜੇ ਫਾਦਰ ਨੇ ਯਾਨੀ ਕਿ ਇਹ ਕਿੰਨਾ ਨੇ ਗੋਲਡਨ ਰੈਵੋਲੂਸ਼ਨ ਵਗੈਰਾ ਜਾਂ ਜਿਨ੍ਹਾਂ ਨੂੰ ਫਾਦਰ ਆਫ 0 ਟਿਲ ਹੈ ਜਿਹਾ ਉਹਨਾਂ ਨੂੰ ਕਿਹਾ ਜਾਂਦਾ ਆਪਾਂ ਉਹਨਾਂ ਦੇ ਨਾਮ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਕਿ ਪੰਜਾਬ ਪਟਵਾਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਉਹਨਾਂ ਤੇ ਵੀ ਆਪਾਂ ਗੱਲ ਕਰਾਂਗੇ ਤੇ ਇਸ ਨਾਲ ਹੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਮੈਡੀਸਨ ਜਿਹੜੀ ਮੈਡੀਸਨ ਕ੍ਰੋਪਸ ਨੇ ਯਾਨੀ ਕਿ ਜਿਨ੍ਹਾਂ ਤੋਂ ਆਪਾਂ ਦਵਾਈਆਂ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਦੇਸੀ ਦਵਾਈਆਂ ਜਿਨ੍ਹਾਂ ਤੋਂ ਬਣਦੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਕਿ ਕਿਹੜੀ-ਕਿਹੜੀਆਂ ਨੇ ਆਓ ਆਪਾਂ ਹੁਣ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਫਾਦਰ ਜਾਂ ਫਾਊਂਡਰ ਆਫ ਡਿਫਰੈਂਟ ਫੀਲਡਸ ਯਾਨੀ ਕਿ ਕਿਹੜੀ-ਕਿਹੜੀ ਫੀਲਡਸ ਜਿਹੜੇ ਜਿਨ੍ਹਾਂ ਨੂੰ ਫਾਦਰ ਜਾਂ ਜਿਹੜੇ ਕਿ ਉਹਨਾਂ ਨੂੰ ਫਾਊਂਡਰ ਕਿਹਾ ਜਾਂਦਾ ਹੈ पहला है जी फादर ऑफ पैडोलॉजी पैडोलॉजी स्टडी ऑफ स्टडी ऑफ सोयल साइंस यानी कि मिट्टी के बारे अध्ययन करना सोयल साइंस मिट्टी बारे अध्ययन करना इस पेडोलॉजी कहा जाता है तो ये फादर कौन ने फादर है जी वीवी डोक्यूचेव वीवी डोक्यूचेव ਉਸ ਤੋਂ ਅਗਲਾ ਹੈ ਜੀ ਫਾਦਰ ਆਫ ਗੋਲਡਨ ਰੈਵੋਲੂਸ਼ਨ ਯਾਨੀ ਕਿ ਗੋਲਡਨ ਰੈਵੋਲੂਸ਼ਨ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਇਹ ਮੈਂ ਤੁਹਾਨੂੰ ਪਿੱਛੇ ਜਿਹੜਾ ਹੈ ਰੈਵੋਲੂਸ਼ਨ ਜਿਹੜਾ ਪਹਿਲਾ ਜਿਹੜਾ ਪਹਿਲੀ ਵੀਡੀਓ ਸੀ ਉਹਦੇ ਵਿੱਚ ਤੁਹਾਨੂੰ ਕਰਵਾਤਾ ਸੀ ਕਿ ਡਾਕਟਰ ਕੇ ਐਲ ਚੱਡਾ ਨੂੰ ਜਿਹੜਾ ਹੈ ਫਾਦਰ ਆਫ ਗੋਲਡਨ ਰੈਵੋਲੂਸ਼ਨ ਕਿਹਾ ਜਾਂਦਾ ਹੈ ਤੁਸੀਂ ਉਸ ਵੀਡੀਓ ਨੂੰ ਜਿਹੜਾ ਵੇਖ ਲੈਣਾ ਹੈ ਦੁਬਾਰਤੋਂ ਉਹਦੇ ਵਿੱਚ ਫਾਦਰ ਆਫ ਗਰੀਨ ਰੈਵੋਲੂਸ਼ਨ ਗਰੇ ਰੈਵੋਲੂਸ਼ਨ ਇਹ ਸਾਰੇ ਜਿਹੜੇ ਹੈ ਮੈਂ ਕਰਵਾਤੇ ਹਾਂ ਅਸਤੋ ਅੱਗੇ ਆਪ ਵੇਖਦੇ ਹਾਂ ਕਿ ਫਾਦਰ ਆਫ ਟਿਲਜ ਟਿਲਜ ਹੁੰਦਾ ਬਾਉਣਾ ਜ਼ਮੀਨ ਨੂੰ ਯਾ ਉਹ ਵੀਡ ਸਾਇੰਸ ਵੀਡ ਸਾਇੰਸ ਵਿੱਚ ਵੀਡ ਜਿਹੜੇ ਹੈ ਕਾਵ ਵਗੈਰਾ ਹੁੰਦੇ ਹੈ ਉਹਨਾਂ ਦੀ ਜਿਹੜੀ ਹੈ ਸਾਇੰਟਿਫਿਕ ਸਟੱਡੀ ਉਹਨਾਂ ਨੂੰ ਜਿਹੜਾ ਟਿਲਜ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਟਿਲਜ ਜਿਹੜਾ ਵਰਡ ਲੈ ਕੇ ਆਇਆ ਸੀ ਉਹਦੇ ਜਿਹੜਾ ਫਾਦਰ ਕੌਣ ਨੇ ਇਹਦਾ ਨਾਮ ਹੈ ਜੈਥਰੂ ਟੂਲ ਜੈਥਰੂ ਟੂਲ ਇਹਦੇ ਜੈਥਰੂ ਟੂਲ ਅਸਤੋ ਅੱਗੇ ਆਪ ਵੇਖਦੇ ਹਾਂ ਕਿ ਜਿਹੜੇ ਫਾਦਰ ਆਫ ਸੋਇਲ ਟੈਸਟਿੰਗ ਟੈਕਨੀਕ ਯਾਨੀ ਕਿ ਸੋਇਲ ਮਿੱਟੀ ਨੂੰ ਟੈਸਟ ਕਰਨ ਦੀ ਜਿਹੜੀ ਟੈਕਨੀਕ ਹੈ ਜਿਹੜੇ ਤਰੀਕਾ ਸੀ ਉਹ ਕੌਣ ਲੈ ਕੇ ਆਇਆ ਸੀ ਉਹ ਐਮ ਐਲ ਟ੍ਰੌਗ ਐਮ ਐਲ ਟ੍ਰੌਗ ਜਿਹੜੇ ਉਹਨਾਂ ਨੂੰ ਫਾਦਰ ਆਫ ਸੋਇਲ ਟੈਸਟਿੰਗ ਟੈਕਨੀਕ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਜੀ ਫਾਦਰ ਆਫ ਸੋਇਲ ਮਾਈਕਰੋਬਾਇਓਲੋਜੀ ਸੋਇਲ ਯਾਨੀ ਕਿ ਮਿੱਟੀ ਦੇ ਬਾਰੇ ਜਿਹੜੇ ਮਾਈਕਰੋਬਾਇਓਲੋਜੀ ਯਾਨੀ ਕਿ ਛੋਟੇ-ਛੋਟੇ ਜਿਹੜੇ ਜੀਵਾਣੂ ਹੁੰਦੇ ਨੇ ਉਹਨਾਂ ਦੀ ਸਟੱਡੀ ਜਾਂ ਉਹਨਾਂ ਦੀ ਉਹਨਾਂ ਦੀ ਸਟੱਡੀ ਵਾਸਤੇ ਜਿਹਨੂੰ ਫਾਦਰ ਉਹਨਾਂ ਨੂੰ ਕਿਹਾ ਕਿਸ ਨੂੰ ਕਿਹਾ ਜਾਂਦਾ ਹੈ ਐਸ ਐਨ ਵਿੰਗੋ ਗ੍ਰੈਡਸਕੀ ਐਸ ਐਨ ਵਿੰਗੋ ਗ੍ਰੈਡਸਕੀ ਇਹਨਾਂ ਨੂੰ ਫਾਦਰ ਆਫ ਸੋਇਲ ਮਾਈਕਰੋਬੋਲੀ ਬਾਇਓਲੋਜੀ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਫਾਦਰ ਆਫ ਐਗਰੀਕਲਚਰ ਕੈਮਿਸਟਰੀ ਯਾਨੀ ਕਿ ਐਗਰੀਕਲਚਰ ਖੇਤੀਬਾੜੀ ਦੀ ਜਿਹੜੀ ਕੈਮਿਸਟਰੀ ਯਾਨੀ ਕਿ ਰਸਾਇਣਿਕ ਵਿਗਿਆਨ ਉਹਨਾਂ ਨੂੰ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ ਉਸ ਜੇ ਵੀ ਲਿਬਿਕ जेवी लेबिग ਉਸ ਤੋਂ ਅੱਗੇ ਆਜੀ ਫਾਦਰ ਆਫ ਜ਼ੀਰੋ ਟਿਲਜ ਜ਼ੀਰੋ ਟਿਲਜ ਹੁੰਦਾ ਆਪਾਂ ਯਾਨੀ ਕਿ ਮਿਨੀਮਮ ਜਿਹੜੇ ਹੈ ਟਿਲਜ ਕਰਨੀਆਂ ਯਾਨੀ ਕਿ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦਾ ਹਾਂ ਕਿ ਜਿਵੇਂ ਆਪਾਂ ਚੋਨਾ ਵੜਦੇ ਹਾਂ ਚੋਂਦੇ ਤੇ ਜਿਹੜਾ ਪ੍ਰਾਲ ਖੜਾਉਂਦਾ ਹੈ ਉਸ ਦੇ ਵਿੱਚ ਹੀ ਆਪਾਂ ਜਿਹੜਾ ਹੈ ਬਿਨਾ ਵਾਈ ਕੀਤੇ ਜਿਹੜੀ ਕਣਕ ਦੀ ਬਿਜਾਈ ਕਰਦੇ ਹਾਂ ਉਸ ਨੂੰ ਆਪਾਂ ਜ਼ੀਰੋ ਟਿਲਜ ਕਹਿੰਦੇ ਹਾਂ ਇਹ ਕਹਿੰਦੇ ਐਕਸਟ੍ਰੀਮ ਫਾਰਮ ਆਫ ਐਕਸਟ੍ਰੀਮ ਫਾਰਮ ਆਫ ਮਿਨੀਮਮ ਟਿਲੇਜ ਯਾਨੀ ਕਿ ਘੱਟ ਤੋਂ ਘੱਟ ਜਿਹੜੀ ਹੈ ਉਹ ਟਿਲੇਜ ਕਰਨੀ ਤੋਂ ਜਿਹੜੇ ਫਾਦਰ ਆਫ ਜ਼ੀਰੋ ਟਿਲੇਜ ਉਸ ਨੂੰ ਜਿਹੜਾ ਹੈ ਗਲੋਬਲਰ ਬੀ ਟ੍ਰਿਪਲੇਟਸ ਨੂੰ ਜਿਹੜਾ ਹੈ ਫਾਦਰ ਆਫ ਜ਼ੀਰੋ ਟਿਲੇਜ ਕਿਹਾ ਜਾਂਦਾ ਹੈ ਤੁਸੀਂ ਜਿਹੜੇ ਜਿਹੜੇ ਬਲੈਕ ਕਲਰ ਦੇ ਜਿਹੜੇ ਵਰਡ ਕੀਤੇ ਹੋਏ ਨੇ ਤੁਸੀਂ ਇਹਨਾਂ ਦੇ ਇਹਨਾਂ ਤੇ ਜਿਹੜਾ ਹੈ ਜ਼ਿਆਦਾ ਧਿਆਨ ਦੇਣਾ ਹੈ ਬਾਕੀ ਤੁਸੀਂ ਇਹਨਾਂ ਨੂੰ ਇੱਕ ਵਾਰੀ ਪੜ੍ਹ ਕੇ ਤੁਸੀਂ ਛੱਡ ਸਕਦੇ ਹੋ ਇਹਨਾਂ ਵਿੱਚ ਜਿਹੜੇ ਕੁਐਸਚਨ ਨਹੀਂ ਪੁੱਛੇ ਜਾ ਸਕਦਾ ਇਹ ਜਿਹੜੇ ਇੱਕ ਜਿਹੜੇ ਆ ਬਲੈਕ ਜਿਹੜੇ ਵਰਡ ਕਿਤੇ ਹੋਇਆ ਇਹਨਾਂ ਚ ਬਹੁਤ ਵਾਰੀ ਕੁਐਸਚਨ ਪੁੱਛੇ ਜਾ ਚੁੱਕੇ ਨੇ ਤੁਸੀਂ ਇਹਦੇ ਨੇ ਜਿਹੜੇ ਹੈ ਯਾਦ ਕਰ ਲੈਣੇ ਹੈ ਇਸ ਤੋਂ ਅੱਗੇ ਹੁਣ ਜਾਣਦੇ ਹਾਂ ਕਿ ਕਿਹੜੇ ਵਨ ਲਾਈਨਰ ਕੁਐਸਚਨ ਜਿਹੜੇ ਹੈ ਜਿਹੜੇ ਪੰਜਾਬ ਪਟਵਾਰੀ ਦੇ ਵਿੱਚ ਪੁੱਛੇ ਜਾ ਸਕਤੇ ਨੇ ਉਹਨਾਂ ਤੇ ਆਪਾਂ ਥੋੜਾ ਜਿਆ ਧਿਆਨ ਦਿੰਨੇ ਆ ਜਿਹੜੀ ਹੈ ਟਰਮ ਵਿਟਾਮਿਨ ਮੈਂ ਜਿਹੜਾ ਵਿਟਾਮਿਨ ਤੇ ਹਾਰਮੋਨ ਜਿਹੜਾ ਟੋਪਿਕ ਕਰਾਇਆ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਟਰਮ ਵਿਟਾਮਿਨ ਹੈ ਇਹ ਫੰਕ ਨੇ ਦਿੱਤੀ ਸੀ 1912 ਦੇ ਵਿੱਚ ਜਿਹੜੀ ਵਿਟਾਮਿਨ ਟਰਮ ਹੈ ਫੰਕ ਨੇ ਦਿੱਤੀ ਸੀ 1912 ਦੇ ਵਿੱਚ ਇਹ ਤੁਸੀਂ ਯਾਦ ਕਰ ਲੈਣਾ ਉਸ ਤੋਂ ਬਾਅਦ ਹੈ ਫੈਟ ਸੋਲੀਬਲ ਵਿਟਾਮਿਨਸ ਯਾਨੀ ਕਿ ਜਿਹੜੇ ਚਰਬੀ ਦੇ ਵਿੱਚ ਜਿਹੜੇ ਸੋਲੀਬਲਸ ਹੁੰਦੇ ਨੇ ਯਾਨੀ ਕਿ ਘੁਲਣਸ਼ੀਲ ਉਹ ਵਿਟਾਮਿਨ ਕਿਹੜੇ-ਕਿਹੜੇ ਹੁੰਦੇ ਨੇ ਏ ਡੀ ਈ ਐਂਡ ਕੇ ਇਹ ਜਿਹੜੇ ਵਿਟਾਮਿਨ ਏ ਵਿਟਾਮਿਨ ਡੀ e and k ਜਿਹੜੇ ਨੇ ਫੈਟ ਸੋਲੀਬਲ ਵਿਟਾਮਿਨਸ ਨੇ ਉਸ ਤੋਂ ਅੱਗੇ ਹੈ ਜੀ ਵਾਟਰ ਸੋਲੀਬਲ ਵਿਟਾਮਿਨਸ ਯਾਨੀ ਕਿ ਜਿਹੜੇ ਪਾਣੀ ਦੇ ਵਿੱਚ ਘੁਲਣਸ਼ੀਲ ਨੇ ਜਿਹੜੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਜਿਹੜੇ ਘੁਲਣਸ਼ੀਲ ਜਿਹੜੇ ਵਿਟਾਮਿਨਸ ਨੇ ਉਹ ਕਿਹੜੇ-ਕਿਹੜੇ ਨੇ b ਐਂਡ c ਇਹਨਾਂ ਦੋਨਾਂ ਵਿੱਚ ਕੁਸ਼ਣ ਬਹੁਤ ਵਾਰੀ ਪੁੱਛੇ ਜਾ ਚੁੱਕੇ ਨੇ ਤੁਸੀਂ ਇਹਨਾਂ ਨੂੰ ਹੈ ਬਹੁਤ ਜਿਹੜਾ ਹੈ ਧਿਆਨ ਨਾਲ ਪੜ੍ਹਨਾ ਹੈ ਉਸ ਤੋਂ ਅੱਗੇ ਹੈ ਜਿਹੜਾ enzyme ਯਾਨੀ ਕਿ ਜੀਵਾਣੂਆਂ ਦੀ ਜਿਹੜੀ ਟਰਮ ਹੈ ਇਨ ਵਾਪਕਿਆ ਦਿਨੇ ਹੈ ਜੀਵਾਣੂ ਜਵਾਣੂ ਦੀ ਜਿਹੜੀ ਟਰਮ ਹੈ ਇਹ ਡਬਲਿਊ ਕੋਹਨੇ ਨੇ ਦਿੱਤੀ ਸੀ 1898 ਦੇ ਵਿੱਚ ਉਸ ਤੋਂ ਅੱਗੇ ਗੱਲ ਕਰਦੇ ਹਾਂ ਜਿਹੜਾ ਗ੍ਰੀਨ ਹਾਊਸ ਗੈਸਿਸ ਹਨ ਯਾਨੀ ਕਿ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਉਹ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਕਾਰਬਨ ਡਾਈਆਕਸਾਈਡ ਉਹ ਕਿੰਨੀ ਜਿਹੜੀ ਪਰਸੈਂਟ ਪਾਈ ਜਾਂਦੀ ਹੈ ਉਹ ਹੈ ਜੀ 55% ਤੇ ਮੀਥੇਨ ਮੀਥੇਨ ਨੂੰ ਆਪਾਂ ਜੇ కెమికਲ ਫਾਰਮੂਲੇ ਦੇ ਵਿੱਚ ਲਿਖੀ ਹੈ ਤਾਂ CH4 ਜਿਹਨੂੰ ਮੀਥੇਨ ਕਿਹਾ ਜਾਂਦਾ ਹੈ ਤੇ 25% ਹੈ CFC CFC ਹੁੰਦਾ ਹੈ ক্লোਰੋਫਲੋਰੋ ਕਾਰਬਨ ক্লোਰੋ ক্লোਰੋਫਲੋਰੋ ਕਾਰਬਨ ਇੱਕ ক্লোਰੋਫਲੋਰੋ ਕਾਰਬਨ ਜਿਹੜੀ ਹੈ 11% ਪਾਈ ਜਾਂਦੀ ਹੈ ਉਸ ਤੋਂ ਅੱਗੇ ਹੈ ਜੀ ਨਾਈਟਰਸ ਆਕਸਾਈਡ N2O ਇਹ 4% ਜਿਹੜੀ ਹੈ ਪਾਈ ਜਾਂਦੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੀਰੀਅਲਸ ਜਿਹੜੇ ਜਿਨ੍ਹਾਂ ਵਿੱਚ ਅਮੀਨੋ ਐਸਿਡ ਅਮੀਨੋ ਐਸਿਡ ਐਨ ਤੋਂ ਮਿਲ ਕੇ ਇਹ ਅਮੀਨੋ ਐਸਿਡ ਦੀ ਅ ਕੱਟੋ-ਕੱਟ 20-22 ਤਰ੍ਹਾਂ ਦੀ ਹੁੰਦੇ ਨੇ ਲਾਈਸਿਨ ਲੂਸਿਨ ਆਈਸੋਲੂਸਿਨ ਮੈਥਾਇਓਨਿਨ ਆਰਜੀਨਿਨ ਇਹ ਜਿਹੜੇ ਲਾਈਸਿਨ ਜਿਹੜੇ ਅਮੀਨੋ ਐਸਿਡਸ ਹੁੰਦੇ ਨੇ ਅਮੀਨੋ ਐਸਿਡਸ ਤੋਂ ਜਿਹੜਾ ਹੈ ਪ੍ਰੋਟੀਨਸ ਬਣਦੇ ਨੇ ਜਿਹੜਾ ਸੀਰੀਅਲ ਸੀਰੀਅਲਸ ਯਾਨੀ ਕਿ ਗ੍ਰੇਨਸ ਦੇ ਵਿੱਚ ਯਾਨੀ ਕਿ ਜਿਹੜੇ ਅਨਾਜ ਜਿਹੜੀ ਅਨਾਜ ਜੜੀਆਂ ਜੜੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਜਿਹੜਾ ਅਮੀਨੋ ਐਸਿਡ ਕਿਹੜੇ ਅਮੀਨੋ ਐਸਿਡ ਦੀ ਜਿਹੜੀ ਹੈ ਕਮੀ ਹੁੰਦੀ ਹੈ ਉਹ ਹੁੰਦੀ ਹੈ ਲਾਈਸਿਨ ਲਾਈਸਿਨ ਜਿਹੜਾ ਹੈ ਡੈਫੀਸ਼ੈਂਟ ਹੁੰਦਾ ਹੈ ਸੀਰੀਅਲਸ ਦੇ ਵਿੱਚ ਉਸ ਤੋਂ ਅੱਗੇ ਕਿ ਅਮੀਨੋ ਐਸਿਡ ਜਿਹੜਾ ਕਿ ਡੈਫੀਸ਼ੈਂਟ ਹੁੰਦਾ ਹੈ ਲੈਗਿਊਮਸ ਲੈਗਿਊਮਸ ਜਿਹੜੀਆਂ ਫਲੀਦਾਰ ਸਬਜ਼ੀਆਂ ਨੇ ਜਿਵੇਂ ਫਲੀਦਾਰ ਕ੍ਰੋਪਸ ਨੇ ਜਿਵੇਂ ਮੂੰਗੀ ਹੋਗੀ अरहर होगी है ना मूंगी अरहर ते और आप ਕੀ ਕਹਿ ਸਕਦੇ ਆ ਸੋਇਆਬੀਨ ਵੀ ਇਹਦੇ ਅੰਦਰ ਆਪ ਲੈ ਸਕਦੇ ਹਾਂ ਸੋਇਆਬੀਨ ਇਹ ਜਿਹੜੀਆਂ ਨੇ ਕਿਹੜੇ ਮਾਈਨਰ ਐਸਿਡ ਜਿਹੜਾ ਹੈ ਇਹਦੇ ਵਿੱਚ ਡੈਫੀਸ਼ੈਂਟ ਯਾਨੀ ਕਿ ਕਮੀ ਹੁੰਦੀ ਹੈ ਇਹ ਮੈਥੀਓਨਿਨ ਮੈਥੀਓਨਿਨ ਦੀ ਜਿਹੜੀ ਹੈ ਅਮਾਇਨਰਜ ਜਿਹੜੀ ਲਗੀ ਹੋਮਸ ਵਿੱਚ ਕਮੀ ਹੁੰਦੀ ਹੈ ਉਸ ਤੋਂ ਅਗੇ ਝੂਮੀ ਝੂਮੀ ਇੱਕ ਦੋਸਤੋ ਰਾਈਸ ਯਾਨੀ ਕਿ ਚੌਂਦੇ ਦੇ ਵਿੱਚ ਜਿਹੜੀ ਹੈ ਕਲਟੀਵੇਸ਼ਨ ਇੱਕ ਟੈਕਨੀਕ ਹੈ ਜਿਹੜੀ ਕਿ ਉਸ ਨੂੰ ਨਾਮ ਦਿੱਤਾ ਗਿਆ ਝੂਮਿੰਗ ਇਹ ਜਿਹੜੀ ਹੈ ਮੋਸਟਲੀ ਈਸਟਰਨ ਪਾਰਟਸ ਆਫ ਇੰਡੀਆ ਯਾਨੀ ਕਿ ਜਿਹੜੇ ਈਸਟਰਨ ਪਾਰਟਸ ਜਿਹੜੇ ਈਸਟ ਦੀ ਸਾਈਡ ਤੇ ਜਿਹੜੇ ਇੰਡੀਆ ਦੇ ਈਸਟ ਤੇ ਜਿਹੜੇ ਜਿਹੜੇ ਵੀ ਸਟੇਟਸ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਜੁਮਿੰਗ ਪ੍ਰੈਕਟਿਸਿਜ਼ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਹੈ ਜੀ ਰਿੰਗਵਾਰਮ ਡਿਜ਼ੀਜ਼ ਜਿਹੜੀ ਰਿੰਗਵਾਰਮ ਡਿਜ਼ੀਜ਼ ਇੱਕ ਸਰਕਲਸ ਟਾਈਪ ਦੇ ਵਿੱਚ ਹੁੰਦੀ ਹੈ ਇਹ ਕਿਸ ਫੰਗ ਕਿਸ ਦੇ ਕਾਰਨ ਹੁੰਦੀ ਹੈ ਇਹ ਜੀ ਫੰਗਸ ਦੇ ਤੌਰ ਫੰਗਸ ਦੇ ਕਾਰਨ ਜਿਹੜੀ ਹੈ ਰਿੰਗਵਾਰਮ ਡਿਜ਼ੀਜ਼ ਹੁੰਦੀ ਹੈ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਰਟੀਕਲ ਮਲਚ ਯਾਨੀ ਮਲਚ ਹੁੰਦਾ ਹੈ ਜਿਵੇਂ ਇੱਕ ਕੋਈ ਵੀ ਤੁਹਾਡੀ ਫਸਲ ਹੈ ਜਿਵੇਂ ਅਚੂਰ ਚਾਰ ਬੁੱਟੇ ਨੇ ਹਨਾ ਇਹਨਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਹੈ ਇਹਨਾਂ ਦੇ ਉੱਤੇ ਆਪਾਂ ਪਰਾਲੀ ਜਾਂ ਪੋਲੀਥੀਨ ਵਗੈਰਾ ਪਾ ਦਿੰਦੇ ਹਾਂ ਤਾਂ ਜੋ ਹੈ ਕਾਣਾ ਉਗਰੇ ਹਨਾ ਇਹਨੂੰ ਕਹਿੰਦੇ ਹਾਂ ਆਪਾਂ ਮਲਚਿੰਗ ਇਸ ਦੋਸਤੋ ਇੱਕ ਜਿਹੜੀ ਹੈ ਪਲਾਸਟਿਕ ਦੀ ਵੀ ਪਲਾਸਟਿਕ ਤੋਂ ਵੀ ਆਪਾਂ ਮਲਚਿੰਗ ਕਰ ਸਕਦੇ ਆ ਤੇ ਜਾਂ ਫਿਰ ਆਪਾਂ ਤੂੜੀ ਆ ਪਰਾਲੀ ਇਹਨਾਂ ਤੋਂ ਜਿਹੜੀ ਹੈ ਮਲਚਿੰਗ ਕਰ ਸਕਦੇ ਆ ਇਹ ਕਿੰਦਾ ਹੈ ਵਰਟੀਕਲ ਮਲਚ ਜਿਹੜੀ ਹੈ ਕਿਹੜੀ ਸੋਇਲ ਦੇ ਵਿੱਚ ਕੀਤੀ ਜਾਂਦੀ ਹੈ ਜਿਵੇਂ ਕੋਰਟਨ ਜਿਹੜੀ ਹੁੰਦੀ ਹੈ ਉਹ ਦੋਸਤੋ ਬਲੈਕ ਸੋਇਲ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਜਿਹੜੀ ਕੋਟਨ ਦੇ ਵਿੱਚ ਜਿਹੜੀ ਹੈ ਜਿਵੇਂ ਆ ਕੋਟਨ ਤੇ ਬੁਟੇ ਹੁੰਦੇ ਨੇ ਆਪਾਂ ਇਹਦੇ ਵਿੱਚ ਜਿਹੜੀ ਹੈ ਵਰਟੀਕਲ ਜਿਹੜੀ ਹੈ ਮਲਚਿੰਗ ਕਰ ਕਰਦੇ ਹਾਂ ਉਸ ਤੋਂ ਅੱਗੇ ਹੈ ਜੀ ਮੇਜਰ ਫਾਸਫੋਰਸ ਫਰਟੀਲਾਈਜ਼ਰ ਜਿਹਦੇ ਵਿੱਚ ਫਾਸਫੋਰਸ ਹੁੰਦੀ ਹੈ ਉਹ ਕਿਹੜੀ ਫਰਟੀਲਾਈਜ਼ਰ ਇੰਡੀਆ ਦੇ ਵਿੱਚ ਹੈਗੀ ਹੈ ਉਸ ਦਾ ਨਾਮ ਹੈ ਜੀ ਡੀਏਪ ਡਾਈ ਅਮੋਨੀਅਮ ਫਾਸਫੇਟ ਡੀਏਪ ਡਾਈ ਅਮੋਨੀਅਮ ਫਾਸਫੇਟ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਹੈ ਡਾਇਰੈਕਟ ਕલ્ਟੀਵੇਸ਼ਨ ਜਿਆਨ ਨੂੰ ਕਹਿੰਦੇ ਨੇ ਧਾਇਰ ਕਲਟੀਵੇਸ਼ਨ ਜਿਹੜੀ ਹੈ ਮੈਥਡ ਕਿਤੇ ਵਿੱਚ ਫੋਲੋ ਕੀਤਾ ਜਾਂਦਾ ਹੈ ਇਹ ਹੈ ਜੀ ਕੁਕਰਬਿਟਸ ਕੁਕਰਸ ਵਿੱਚ ਯਾਨੀ ਕਿ ਖੀਰੇ ਵਾਲੇ ਜਿਹੜੀ ਖੀਰੇ ਦੀਆਂ ਜਿਹੜੀ ਆ ਵੀ ਖੀਰੇ ਦੀ ਫੈਮਿਲੀ ਦੀ ਜਿਹੜੀ ਵੀ ਕ੍ਰੋਪ ਸਗੀ ਹੈ ਉਹਦੇ ਵਿੱਚ ਜਿਹੜੀ ਹੈ ਧਾਇਰ ਕਲਟੀਵੇਸ਼ਨ ਜਿਹੜੀ ਹੈ ਫੋਲੋ ਕੀਤੀ ਜਾਂਦੀ ਹੈ ਉਸ ਤੋਂ ਅਗੇ ਚਿਪਸਟ ਨਾਈਟ੍ਰੋਜਨ ਕੰਟੇਨਸ ਫਰਟੀਲਾਈਜ਼ਰ ਜਿੱਤੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਪਰ ਆਪਾਂ ਨੂੰ ਜਿਹੜਾ ਹੈ ਕਟਕਰਚ ਕਨ ਲੈਪਿੰਦਾ ਹੈ ਜਾਂ ਆਪਾਂ ਨੂੰ ਘੱਟ ਪੈਸਿਆਂ ਤੋਂ ਵੀ ਆਪਾਂ ਨੂੰ ਜਿਹੜੀ ਹੈ ਨਾਈਟ੍ਰੋਜਨ ਮਿਲ ਸਕਦੀ ਹੈ ਉਹ ਹੈ ਜੀ ਯੂਰੀਆ ਯੂਰੀਆ ਦੇ ਵਿੱਚ ਜਿਹੜੀ ਹੈ 46% ਨਾਈਟ੍ਰੋਜਨ ਹੁੰਦੀ ਹੈ ਤੇ ਜਿਹੜਾ ਡੀਐਪੀ ਡੀਐਪੀ ਦੇ ਵਿੱਚ ਜਿਹੜਾ ਹੈ ਫਾਸਫੋਰਸ ਉਹ 46% ਜਿਹੜਾ ਫਾਸਫੋਰਸ ਹੁੰਦਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਫਰੂਟ ਹੁੰਦਾ ਹੈ ਫਰੂਟ ਯਾਨੀ ਕਿ ਜਿਹੜੀ ਫਲੀ ਹੁੰਦੀ ਹੈ ਕਿਹਦੀ ਮਸਟਰਡ ਦੀ ਫਲੀ ਕਿ ਦੀ ਮਸਟਰਡ ਮਸਟਰਡ ਹੁੰਦਾ ਸਰੋਂ ਨਹੀਂ ਕਿਸ ਜਿਹੜੀ ਫਲੀ ਹੁੰਦੀ ਹੈ ਸਰੋਂ ਦੀ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਸੋ ਦੋਸਤੋ ਸਿਲਿਕਾ ਉਸ ਨੂੰ ਕਿਹਾ ਜਾਂਦਾ ਹੈ ਸਿਲਿਕਾ ਉਸ ਤੋਂ ਅਗੇ ਬਿਫੋਰਟ ਸਕੇਲ ਬਿਫੋਰਟ ਸਕੇਲ ਜਿਹੜਾ ਹੈ ਕਿਸ ਨੂੰ ਮੈਜ਼ਰ ਕਰ ਲਈ ਵਰਤਿਆ ਜਾਂਦਾ ਹੈ ਇਹ ਹੈ ਦੋਸਤੋ wind force ਯਾਨੀ ਕਿ ਕਿਸ ਗਤੀ ਨਾਲ ਜਿਹੜੀ ਹੈ ਹਵਾ ਚੱਲ ਰਹੀ ਹੈ ਇਹ ਹਨੇਰੀ ਚੱਲ ਰਹੀ ਹੈ ਉਸ ਨੂੰ ਜਿਹੜਾ ਹੈ ਆਪਾਂ ਬਿਫੋਰਟ ਸਕੈਲ ਦੀ ਮਦਦ ਨਾਲ ਜਿਹੜਾ ਹੈ ਆਪਾਂ ਮੈਜ਼ਰ ਕਰ ਸਕਦੇ ਹਾਂ ਤੁਸੀਂ ਆ ਜਿਹੜਾ ਪੁਆਇੰਟ ਹੈ ਇਹਨੂੰ ਚੰਗੀ ਤਰ੍ਹਾਂ ਪੜ ਲੈਣਾ ਹੈ ਦੋਸਤੋ ਇਹ ਹੈ ਜੀ ਡਾਈ ਬੈਕ ਆਫ ਸ਼ੂਟਸ ਅਕਰਡ ਊ ਟੂ ਡੈਫੀਸ਼ੀਐਂਸੀ ਆਫ ਡਾਈ ਬੈਕ ਹੁੰਦਾ ਦੋਸਤੋ ਜਿਵੇਂ ਕੋਈ ਪਲਾਂਟ ਹੈ ਆ ਜੀ ਮੇ ਪਲਾਂਟ ਹੈ ਇਹ ਦੋਸਤੋ ਉਤੋਂ ਜਿਹੜਾ ਹੈ ਸੁੱਕਣਾ ਸਟਾਰਟ ਹੋ ਗਿਆ ਤੇ ਉਹ ਥੱਲੇ ਤੱਕ ਜਿਵੇਂ ਸੁੱਕਦਾ ਜਾ ਰਿਹਾ ਸੁੱਕਦਾ ਜਾ ਰਿਹਾ ਉਸ ਨੂੰ ਆਪਾਂ ਡਾਈ ਬੈਕ ਕਹਿ ਦਿੰਦੇ ਆ ਯਾਨੀ ਕਿ ਉਹ ਜਿਹੜਾ ਹੈ ਅ ਪਿੱਛੇ ਦੀ ਯਾਨੀ ਕਿ ਬੈਕ ਦੀ ਤਰਫ ਜਿਹੜਾ ਹੈ ਬੈਕ ਸਾਈਡ ਜਿਹੜਾ ਹੈ ਸੁੱਕ ਰਿਹਾ ਹੈ ਉਸ ਨੂੰ ਆਪਾਂ ਡਾਈ ਬੈਕ ਕਹਿ ਦਿੰਦੇ ਆ ਇਹਦੀ ਜਿਹੜੀ ਹੈ ਕਿਸਤੇ ਕਰ ਹੁੰਦਾ ਡਾਈ ਬੈਕ ਜਿਹੜੀ ਹੈ ਸ਼ੂਜ਼ ਦੇ ਵਿੱਚ ਉਹ ਕੋਪਰ ਦੀ ਜਿਹੜੀ ਹੈ ਕਮੀ ਦੇ ਕਰਤ ਹੁੰਦਾ ਹੈ ਉਸ ਤੋਂ ਅਗੇ ਗ੍ਰੇ ਸਪੋਰਟਸ ਔਨ ਲੀਵਜ਼ ਜਿਹੜਾ ਹੈ ਪੱਤਿਆਂ ਦੇ ਉੱਤੇ ਇੱਕ ਸਪੋਰਟਸ ਯਾਨੀ ਕਿ ਡੋਟਸ ਜਿਹੜੇ ਬਣ ਜਾਂਦੇ ਨੇ ਉਹ ਦੋਸਤੋ ਗ੍ਰੇ ਕਲਰ ਦੇ ਹੁੰਦੇ ਨੇ ਤੇ ਉਹ ਕਿਸ ਦੀ ਕਮੀ ਦੇ ਕਰਤ ਹੁੰਦੇ ਨੇ ਉਸ ਦੋਸਤੋ ਮੈਗਨੀਜ਼ ਦੀ ਕਮੀ ਦੇ ਕਰਤ ਹੁੰਦੇ ਨੇ ਉਸ ਤੋਂ ਅਗ ਹੈ ਜੀ ਇੰਡੀਅਨ ਸੋਇਲਸ ਆਰ ਮੇਨਲੀ ਡੈਫੀਸ਼ੈਂਟ ਆਫ ਯਾਨੀ ਕਿ ਇੰਡੀਆ ਦੇ ਵਿੱਚ ਜਿਹੜੀ ਸੋਇਲਸ ਨੇ ਉਹਨਾਂ ਵਿੱਚ ਜ਼ਿਆਦਾਤਰ ਤੇ ਕਿਸ ਦੀ ਕਮੀ ਆਉਂਦੀ ਹੈ ਉਹ ਦੋਸਤੋ ਨਾਈਟ੍ਰੋਜਨ ਦੀ ਕਮੀ ਆਉਂਦੀ ਹੈ ਨਾਈਟ੍ਰੋਜਨ ਆਪਾਂ ਨੂੰ ਕਿਸ ਤੋਂ ਮਿਲਦਾ ਹੈ ਯੂਰੀਆ ਤੋਂ ਮਿਲਦਾ ਹੈ ਜਿਹੜਾ ਚੀਪੈਸਟ ਸੋਰਸ ਆਫ ਨਾਈਟ੍ਰੋਜਨ ਡੈਰੇ ਸੀ ਉਹ ਯੂਰੀਆ ਸੀ ਉਸ ਤੋਂ ਬਾਅਦ ਮੋਸਟ ਡਿਸਟਰਕਟਿਵ ਡਿਜ਼ੀਜ਼ ਆਫ ਸ਼ੂਕਰ ਕੇਮ ਜਿਹੜੀ ਕੀ ਸ਼ੂਗਰ ਕੇਨ ਜਿਹੜੀ ਗੰਨੇ ਦੀ ਫਸਲ ਹੈ ਗੰਨੇ ਦੀ ਜਿਹੜੀ ਫਸਲ ਹੈ ਸੋ ਦੋਸਤੋ ਆ ਜਿਵੇਂ ਸ਼ੂਗਰ ਕੇਨ ਦੇ ਵਿੱਚ ਕੇਨ ਜਿਹੜਾ ਹੈ ਯਾਨੀ ਕਿ ਗੰਨਾ ਇਹਦੇ ਵਿੱਚ ਇਹ ਪੋਰੀਆਂ ਹੁੰਦੀਆਂ ਨੇ ਜਿਵੇਂ ਇਸ ਤਰ੍ਹਾਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ ਕੰਨੇ ਦੇ ਵਿੱਚ ਪੋਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਹੈ ਤੁਸੀਂ ਇਹਨਾਂ ਨੂੰ ਜਾਂ ਛਿਲਕੇ ਦੇਖਿਆ ਹੋਣਾ ਜਾਂ ਇਹਦੇ ਵਿੱਚ ਜਿਹੜਾ ਹੈ ਇੱਥੇ ਐਵੇਂ ਜਿਹੜਾ ਸੁਰਾਖ ਹੋ ਜਾਂਦਾ ਹੈ ਉਹ ਦੋਸਤੋ ਇੱਕ ਰੈੱਡ ਰੂਟ ਜਿਹੜੀ ਡਿਜ਼ੀਜ਼ ਹੁੰਦੀ ਹੈ ਉਹ ਜਦੋਂ ਤੁਸੀਂ ਇਹਨੂੰ ਛਿਲਦ ਕੇ ਦੇਖਦੇ ਹੋ ਤਾਂ ਉਹ ਵਿੱਚੋਂ ਹੈ ਲਾਲ ਰੰਗ ਦਾ ਜਿਹੜਾ ਨਿਕਲਦਾ ਹੈ ਇਹ ਇਸ ਡਿਜ਼ੀਜ਼ ਨੂੰ ਆਪਾਂ ਰੈੱਡ ਰੂਟ ਕਹਿੰਦੇ ਹਾਂ ਤੇ ਇਹ 슈ਗਰ ਕੇਨ ਦੇ ਵਿੱਚ ਹੁੰਦੀ ਹੈ ਇਹ ਜਿਹੜੀ ਰੈੱਡ ਰੋਟ ਹੈ ਦੋਸਤੋ ਇਹ ਜਿਹੜਾ ਜਿਹਦੇ ਵਿੱਚ ਜਿਵੇਂ 슈ਗਰ ਕੰਟੈਂਟ ਯਾਨੀ ਕਿ ਜੂਸ ਜੂਸ ਦੀ ਜਿਹੜੀ ਕੁਆਲਿਟੀ ਹੈ ਉਸ ਨੂੰ ਵੀ ਜਿਹੜਾ ਹੈ ਡਾਊਨ ਕਰ ਦਿੰਦਾ ਹੈ ਤੇ ਜੂਸ ਦਾ ਜਿਹੜਾ ਕੰਟੈਂਟ ਹੈ ਉਸ ਨੂੰ ਵੀ ਕਟਾ ਦਿੰਦਾ ਹੈ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਪੋਟੈਟੋਜ਼ ਆਰ ਬੋਨ ਆਮ ਯਾਨੀ ਕਿ ਪੋਟੈਟੋਜ਼ ਇਹ ਆਲੂ ਜਿਹੜੇ ਲੱਗਦੇ ਨੇ ਆਲੂ ਕਿੱਥੇ ਲੱਗਦੇ ਨੇ ਇਹ ਦੋਸਤੋ ਜਾਂ ਕਿੱਥੇ ਬਣਦੇ ਨੇ ਇਹ ਸਟੋਲਨਸ ਦੇ ਉੱਤੇ ਬਣਦੇ ਨੇ ਦੋਸਤੋ ਅੱਗੇ ਆਪਾਂ ਦੇਖਦੇ ਹਾਂ ਪੋਟੈਟੋ ਟਿਊਬਰਸ ਆਰ ਮੋਡੀਫਾਈਡ ਫਾਰਮ ਆਫ ਜਿਹੜੇ ਪੋਟੈਟੋ ਟਿਊਬਰਸ ਨੇ ਯਾਨੀ ਕਿ ਇਹ ਜਿਵੇਂ ਆਲੂ ਹੈ ਇਹਦੇ ਵਿੱਚ ਤੁਸੀਂ ਇੱਥੇ ਅੱਖ ਦੇਖੀ ਹੋਈ ਹੋਣੀ ਇਹਦੀ ਤੇ ਇੱਥੋਂ ਜਿਹੜਾ ਹੈ ਫੁੱਟਣਾ ਸਟਾਰਟ ਹੁੰਦਾ ਹੈ ਇਹ ਜਿਹੜੀ ਹੈ ਸਟੈਮ ਬਣਦੀ ਹੋਦੀ ਇਹ ਜਿਹੜੇ ਪੋਟੈਟੋ ਟਿਊਬਰਸ ਆਰ ਮੋਡੀਫਾਈਡ ਫਾਰਮ ਆਫ ਕਿਸ ਦੀ ਹੈ ਸਟੈਮ ਦੀ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ 슈ਗਰ ਕੇਨ 슈ਗਰ ਕੇਨ ਜਿਹੜੀ ਸੋਇੰਗ ਹੈ ਉਹ ਟ੍ਰੈਂਚ ਮੈਥਡ ਦੇ ਵਿੱਚ ਹੁੰਦੀ ਹੈ ਟ੍ਰੈਂਚ ਮੈਥਡ ਹੁੰਦਾ ਦੋਸਤੋ ਜਿਵੇਂ ਇੱਕ ਪਿਟ ਯਾਨੀ ਕਿ ਗੱਡਾ ਜਿਹੜਾ ਖੱਡਾ ਜਿਹੜਾ ਹੈ ਜਾਂ ਗੱਡਾ ਜਿਹੜਾ ਹੈ ਉਹ ਪੁੱਟ ਲਿਆ ਜਾਂਦਾ ਹੈ ਤੇ ਉਹਦੇ ਵਿੱਚ ਜਿਹੜੇ ਹੈ ਗੰਨੇ ਦੇ ਜਿਹੜੇ ਆ ਪੂ ਜਿਹੜੀਆਂ ਪੂਰੀਆਂ ਲਾਈਆਂ ਜਾਂਦੀਆਂ ਨੇ ਯਾਨੀ ਕਿ 15 ਤੇ ਉਹ ਜਿੱਥੋਂ ਹਿਮਰਜ ਹੋਣਾ ਸਟਾਰਟ ਹੋ ਜਾਂਦਾ ਹੈ ਤੇ ਉਹ ਜਿਹੜੇ ਜਿਹੜਾ ਟ੍ਰੈਂਚ ਮੈਥਡ ਹੈ ਇਹ ਕੀ ਕਰਦਾ ਦੋਸਤੋ ਇਹ ਜਿਹੜੀ ਲੋਜਿੰਗ ਲੋਜਿੰਗ ਆ ਮੈਂ ਕਿ ਡਿੱਗਣ ਤੋਂ ਜਿਹੜਾ ਹੈ ਬਚਾਉਂਦਾ ਹੈ ਇਹ ਲੋਜੀ ਹੁੰਦਾ ਹੈ ਜਿਹੜਾ ਡਿੱਗਣ ਤੋਂ ਬਚਾਉਣਾ ਟਿਕਣਾ ਲੋਜੀ ਹੁੰਦਾ ਡਿੱਗਣਾ ਸ਼ੁਗਰਕੇਮ ਸੋਇੰਗ ਟ੍ਰੈਂਚਮੈਂਟ ਥਲੇ ਜਿਹੜਾ ਹੈ ਕਿਸ ਨੂੰ ਪ੍ਰिवेंट ਕਰਨੇ ਪ੍ਰिवेंट ਜਾਂਦਾ ਬਚਾਉਂਦਾ ਹੈ ਉਹ ਲੋਜਿੰਗ ਨੂੰ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਹਾਈਐਸਟ ਕੰਜ਼ਮਪਸ਼ਨ ਯਾਨੀ ਕਿ ਸਭ ਤੋਂ ਜ਼ਿਆਦਾ ਹੈ ਜਿਹੜੀ ਪੋਟਾਸ਼ੀਅਮ ਫਰਟੀਲਾਈਜ਼ਰ ਦੀ ਜਿਹੜੀ ਹੈ ਉਹ ਜਿਹੜੀ ਡਿਮਾਂਡ ਜਾਂ ਕਿੱਥੇ ਵਰਤੀ ਜਾਂਦੀ ਹੈ ਕੰਜ਼ਮਪਸ਼ਨ ਜਾਂ ਯਾਨੀ ਕਿ ਕਿੱਥੇ ਜ਼ਿਆਦਾ ਯੂਜ਼ ਹੁੰਦੀ ਹੈ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਸਟੇਟ ਦਾ ਨਾਮ ਹੈ ਮਹਾਰਾਸ਼ਟਰ ਦੋਸਤੋ ਅੱਗੇ ਦੇਖਦੇ ਹਾਂ ਕਿ ਹਾਈਐਸਟ ਪ੍ਰੋਡਕਸ਼ਨ ਆਫ ਸੀਰੀਅਲਸ ਯਾਨੀ ਕਿ ਅਨਾਜ ਜਿਹੜੇ ਅਨਾਜ ਦੀ ਪ੍ਰੋਡਕਸ਼ਨ ਯਾਨੀ ਕਿ ਉਤਪਾਦ ਜਿਹੜਾ ਹੈ ਉਤਪਾਦਨ ਆਪਾਂ ਕਹਿੰਦੇ ਉਤਪਾਦਨ ਉਹ ਕਿਹੜੇ ਅਨਾਜ ਦਾ ਹੁੰਦਾ ਹੈ ਉਹ ਦੋਸਤੋ ਕਣਕ ਦਾ ਹੁੰਦਾ ਹੈ ਫੀਟ ਦਾ ਹੁੰਦਾ ਹੈ ਉਸ ਤੋਂ ਅੱਗੇ ਡੀ ਸਕਰੀਨ ਇਜ਼ ਅ ਪ੍ਰੋਸੈਸ ਆਫ ਕ੍ਰੋਪ ਡੀ ਸਕਰੀਨ ਜਿਹੜੀ ਹੈ ਤਬਾਕੂ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਜਿਹੜੇ ਹੈ ਸ਼ੱਕਰ ਜਿਵੇਂ ਇਗਜ਼ਾਮਪਲ ਦੀ ਤੌਰ ਤੇ ਤੁਸੀਂ ਸਮਝ ਲਓ ਕਿ ਜਿਵੇਂ ਆ ਕੀ ਜਿਵੇਂ ਕੋਈ ਟਾਹਣੀ ਹੈ ਉਹਦੇ ਜਿਹੜੇ ਸ਼ੱਕਰ ਜਾਨੀ ਕਿ ਐਨਰ ਜਿਹੜੀ ਹੈ ਉਹ ਜਿਹੜੀ ਹਡੀ ਸਕ੍ਰੀਨ ਹੋ ਜਾਂਦੀ ਹੈ ਉਹ ਦੋਸਤੋ ਤਬਾਕੂ ਦੇ ਜਿਹੜੀ ਹੈ ਫਸਲ ਦੇ ਵਿੱਚ ਹੁੰਦੀ ਹੈ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਫਰਟੀਲਾਈਜ਼ਰ ਐਪਲੀਕੇਸ਼ਨ ਥਰੂ ਇਰੀਗੇਸ਼ਨ ਯਾਨੀ ਕਿ ਜਦੋਂ ਆਪਾਂ ਪਾਣੀ ਲਾਂਦੇ ਆ ਜਿਵੇਂ ਖਾਲ ਹੈ ਇਹ ਖਾਲ ਹੈ ਇਹਦੇ ਵਿੱਚ ਜਿਹੜਾ ਇਹ ਨੱਕਾ ਹੈ ਇੱਥੇ ਆਪਣਾ ਕੋਈ ਸੋਰਸ ਯਾਨੀ ਕਿ ਪਾਣੀ ਵਾਲਾ ਜੋ ਵੀ ਮੋਟਰੀਆ ਵਗੈਰਾ ਟਿਊਬਵੈਲ ਜਿਹੜੀ ਲੱਗੀ ਹੋਈ ਹੈ ਇਹ ਜਿਹੜਾ ਪਾਣੀ ਆ ਰਿਹਾ ਹੈ ਇੱਥੇ ਆਪਾਂ ਜਿਹੜਾ ਹੈ ਜਿਹੜੀ ਹੈ ਸਪਰੇਅ ਜਾਂ ਖਾਦ ਜਿਹੜੀ ਹੈ ਉਹ ਇੱਕ ਬੋਤਲ ਦੇ ਵਿੱਚ ਪਾ ਕੇ ਆਪਾਂ ਇੱਥੇ ਟੰਗ ਦਿੰਦੇ ਆ ਤਾਂ ਜੋ ਜਿਹੜੀ ਹੈ ਉਹ ਦੇ ਥੱਲੇ ਜਿਹੜਾ ਆਪਾਂ ਉਹ ਸੁਰਾਖ ਕਰ ਦਿੰਦੇ ਆ ਇੱਕ ਤੇ ਜਿਹੜੀ ਜਿਹੜੀ ਹੈ ਤੁਪਕਾ ਤੁਪਕਾ ਜਿਹੜੀ ਹੈ ਭਈ ਜਿਹੜੀ ਪਾਣੀ ਦੇ ਵਿੱਚ ਜਿਹੜੀ ਸਪਰੇਅ ਆ ਖਾਦ ਆ ਉਹ ਡਿੱਗਦੀ ਰਹਿੰਦੀ ਹੈ ਇਸ ਨੂੰ ਜਣੇ ਨੇ ਯਾਨੀ ਕਿ ਪਾਣੀ ਦੇ ਨਾਲ ਜਿਹੜੀ ਵੀ ਕੈਮੀਕਲ ਜਾਂ ਖਾਦ ਜਿਹੜੀ ਆ ਰਹੀ ਹੈ ਉਸ ਨੂੰ ਆਪਾਂ ਫਰਟੀਗੇਸ਼ਨ ਕਹਿੰਦੇ ਨੇ ਯਾਨੀ ਕਿ ਫਰਟੀਲਾਈਜ਼ਰ ਦੇ ਨਾਲ ਫਰਟੀਲਾਈਜ਼ਰ ਦੇ ਨਾਲ ਇਰੀਗੇਸ਼ਨ ਆਪਾਂ ਕਰਨੀ ਉਸ ਤੋਂ ਪਰ ਫਰਟੀਕੇਸ਼ਨ ਕਹਿ ਦਿੰਦੇ ਹਾਂ ਉਸ ਤੋਂ ਗੇ 1 ਆਫ ਦੀ ਮੋਸਟ ਇੰਪੋਰਟੈਂਟ ਕਲਚਰਲ ਪ੍ਰੈਕਟਿਸ ਯਾਨੀ ਕਿ ਜਿਹੜਾ ਹੈ ਚੋਨੇ ਦੇ ਵਿੱਚ ਚੋਨੇ ਦੇ ਵਿੱਚ ਜਿਹੜਾ ਹੈ ਕਿਹੜਾ ਇੰਪੋਰਟੈਂਟ ਜਿਹੜਾ ਹੈ ਕਲਚਰਲ ਪ੍ਰੈਕਟਿਸ ਯਾਨੀ ਕਿ ਜ਼ਰੂਰੀ ਜਿਹੜੀ ਹੈ ਉਹ ਵਾਹੀ ਕੀਤੀ ਜਾਂਦੀ ਹੈ ਜਿਸ ਤੋਂ ਬਿਨਾ ਜਿਹੜਾ ਹੈ ਚੋਨਾ ਨਹੀਂ ਲੱਗ ਸਕਦਾ ਉਹ ਹੈ ਜੀ ਪਡਲਿੰਗ ਪਡਲੀ ਹੁੰਦਾ ਕੱਦੂ ਕਰਨਾ ਕੱਦੂ ਕਰਨਾ ਤੁਸੀਂ ਦੇਖਿਆ ਹੋਣਾ ਕਿ ਖੜੇ ਪਾਣੀ ਦੇ ਵਿੱਚ ਜਿਹੜਾ ਹੈ ਟਰੈਕਟਰ ਦੇ ਪਿੱਛੇ ਕੀ ਕਲਟੀਵੇਟਰ ਤੇ ਸਵਾਗਾ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ ਜਾਂ ਉਹ ਟਰੈਕਟਰ ਦੇ ਮਗਰ ਜਿਹੜਾ ਹੈ ਰੋਟਾਵੇਟਰ ਆਪਾਂ ਕਹਿੰਦੇ ਆ ਰੋਟਾਵੇਟਰ ਜਿਹੜਾ ਹੈ ਉਹ ਉਸ ਦੇ ਨਾਲ ਜਿਹੜੀ ਹੈ ਪੱਡਲਿੰਗ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਜੀ ਉਹ ਹਰਬੀਸਾਈਡ ਦਾ ਨਾਮ ਦੱਸੋ ਜਿੱਦੇ ਵਿੱਚ ਪ੍ਰੀਪਲਾਂਟ ਇਨਕੋਰਪੋਰੇਸ਼ਨ ਪਲੀ ਪ੍ਰੀਪਲਾਂਟ ਇਨਕੋਰਪੋਰੇਸ਼ਨ ਹੁੰਦੀ ਹੈ ਜਿਵੇਂ ਸੋਇੰਗ ਤੋਂ ਪਹਿਲਾਂ ਯਾਨੀ ਕਿ ਬੀਜਣ ਤੋਂ ਪਹਿਲਾਂ ਆਪਾਂ ਜਿਹੜੀ ਹੈ ਕੋਈ ਵੀ ਹਰਬੀਸਾਈਡ ਜਿਹੜੀ ਕਿ ਦਵਾਈ ਹੈ ਕੈਮੀਕਲ ਹੈ ਉਹਨੂੰ ਆਪਾਂ ਮਿੱਟੀ ਦੇ ਵਿੱਚ ਜਿਹੜਾ ਹੈ ਮਿਕਸ ਕਰਕੇ ਮਿੱਟੀ ਦੇ ਵਿੱਚ ਮਿਕਸ ਕਰਕੇ ਜਾਂ ਉਹਨੂੰ ਕੀ ਹੈ ਸਿੱਧਾ ਸਪਰੇ ਆਪਾਂ ਜਿਹੜੀ ਹੈ ਮਿੱਟੀ ਦੇ ਉੱਤੇ ਕਰ ਦਿੰਨੇ ਉਸ ਤੋਂ ਬਾਅਦ ਜਿਹੜੀ ਹੈ ਉਸ ਦੀ ਸੋਇਂ ਕੀਤੀ ਜਾਂਦੀ ਹੈ ਉਸ ਨੂੰ ਆਪਾਂ ਜਿਹੜੀ ਹੈ ਉਹ ਕਿਹੜੀ ਸਪਰੇ ਜਿਹੜੀ ਵਰਤੀ ਜਾਂਦੀ ਹੈ ਉਸ ਦਾ ਨਾਮ ਹੈ ਜੀ ਫਲੂਕਲੋਰਲਨ ਉਸ ਤੋਂ ਅੱਗੇ ਅਗਲਾ ਕਰਦੇ ਪੂਸਾ ਜੈਂਟ ਜਿਹੜੀ ਵੈਰੈਟੀ ਹੈ ਉਹ ਕਿਸ ਦੀ ਜਿਹੜੀ ਹੈ ਵੈਰੈਟੀ ਹੈ ਓਏ ਜੀ ਬਰਸੀਮ ਤੇ ਮੇਪੀਅਰ ਗ੍ਰਾਸ ਤੇ ਪਪਾਇਆ ਇਹਨਾਂ ਦੀ ਜਿਹੜੀ ਹੈ ਓਏ ਪੂਸਾ ਜੈਂਟ ਜਿਹੜੀ ਹੈ ਵੈਰੈਟੀ ਹੈ ਤੁਸੀਂ ਇਹਨੂੰ ਜਿਹੜਾ ਹੈ ਯਾਦ ਕਰਦਨੇ ਹੈ ਕਰ ਲੈਣਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ ਕਾਮਨ ਮੈਡੀਸਨਲ ਪਲਾਂਟ ਐਂਡ ਥੇਅਰ ਯੂਸਸ ਯਾਨੀ ਕਿ ਉਹ ਕਿਹੜੇ ਕਿਹੜੇ ਮੈਡੀਸਨਲ ਜਿਹੜੇ ਕਿ ਦਵਾਈਆਂ ਜਿਨ੍ਹਾਂ ਤੋਂ ਆਪਾਂ ਨੂੰ ਦਵਾਈਆਂ ਮਿਲਦੀਆਂ ਨੇ ਉਹ ਕਿਹੜੇ ਕਿਹੜੇ ਦਵਾਈਆਂ ਜਿਹੜੀਆਂ ਮਿਲਦੀਆਂ ਨੇ ਜਿਨ੍ਹਾਂ ਤੋਂ ਆਪਾਂ ਪਲਾਂਟਸ ਤੋਂ ਆਪਾਂ ਲੈ ਸਕਦੇ ਹਾਂ ਜਿਨ੍ਹਾਂ ਤੋਂ ਆਪਾਂ ਦੇਸੀ ਦਵਾਈ ਵੀ ਆਪਾਂ ਲੈ ਸਕਦੇ ਹਾਂ ਉਹ ਕਿਹੜੇ ਕਿਹੜੇ ਪਲਾਂਟਸ ਨੇ ਪਹਿਲਾਂ ਤਾਂ ਨਾ ਕਾਮਨ ਨੇ ਬੋਟੈਨੀਕਲ ਨੇਮ ਕਿਹੜੇ ਕਿਹੜੇ ਪਲਾਂਟ ਜਿਹੜੇ ਆ ਪਾਰਟ ਜਿਹੜੇ ਯੂਜ਼ ਕੀਤੇ ਜਾਂਦੇ ਨੇ ਉਹ ਕੈਮੀਕਲ ਕੰਟੈਂਟ ਯਾਨੀ ਕਿ ਕਿਹੜਾ ਉਹਨਾਂ ਦੇ ਵਿੱਚ ਜਿਹੜਾ ਹੈ ਰਸਾਇਣ ਹੁੰਦਾ ਹੈ ਤੇ ਉਹਨਾਂ ਦੇ ਕੀ ਕੀ ਜਿਹੜੇ ਵਰਤੋਂ ਨੇ ਇਹ ਆਪਾਂ ਦੇਖਦੇ ਹਾਂ ਪਹਿਲਾ ਨਾਂ ਹੈ ਜੀ ਬਲੈਡੋਨਾ ਇੱਕ ਬਲੈਡੋਨਾ ਇੱਕ ਮੈਡੀਸਨਲ ਜਿਹੜੀ ਹੈ ਪਲਾਂਟ ਹੈ ਇਸ ਆ ਬੋਟੈਨੀਕਲ ਨੇਮ ਐਟ੍ਰੋਪਾ ਬਲੈਡੋਨਾ ਹੈ ਜੀ ਬਲੈਡੋਨਾ ਐਟ੍ਰੋਪਾ ਬਲੈਡੋਨਾ ਇਹ ਜਿਹੜੇ ਇਹਦੇ ਜਿਹੜਾ ਹੈ ਬਲੈਡੋਨਾ ਦੇ ਜਿਹੜੇ ਪੱਤੇ ਜਿਹੜੇ ਹੈ ਪੱਤੇ ਜਿਹੜੇ ਹੈ ਇਹ ਪਰਤੋਂ ਵਿੱਚ ਲਈ ਜਾਂਦੇ ਹਨ ਇਹਦੇ ਵਿੱਚ ਕਿਹੜਾ ਕੈਮੀਕਲ ਹੁੰਦਾ ਦੋਸਤੋ ਇਹਦੇ ਵਿੱਚ ਐਟਰੋਪਾਈਨ ਜਿਹੜਾ ਹੈ ਕੈਮੀਕਲ ਹੁੰਦਾ ਹੈ ਇਹਦੀ ਜਿਹੜੀ ਵਰਤੋਂ ਹੈ ਨਿਊਰੋਲੋਜੀਕਲ ਪੇਨਸ ਯਾਨੀ ਕਿ ਜਿੱਥੇ ਆਪਣੇ ਕੋਲ ਨਰਵਸ ਦੇ ਵਿੱਚ ਜਾਂ ਆਪਣੇ ਸਰੀਰ ਦੇ ਵਿੱਚ ਜਿੱਥੇ ਵੀ ਪੇਨਸ ਹੁੰਦੀ ਹੈ ਯਾਨੀ ਕਿ ਦਰਦ ਹੁੰਦਾ ਹੈ ਉਸ ਦੇ ਬਾਅਦ ਉਹ ਜਿਹੜਾ ਹੈ ਦਰਦ ਨੂੰ ਘਟਾਉਣ ਵਾਸਤੇ ਆਪਾਂ ਜਿਹੜੇ ਹੈ ਬਲੈਡ ਹੁੰਦਾ ਦੇ ਜਿਹੜੇ ਲੀव्स ਆਪਾਂ ਵਰਤੋਂ ਵਿੱਚ ਲੈਂਦੇ ਹਾਂ ਉਸ ਤੋਂ ਨੈਕਸਟ ਹੈ ਜੀ ਅਸ਼ਵਗੰਧਾ ਅਸ਼ਵਗੰਧਾ ਜਿਹੜਾ ਬੋਟੈਨੀਕਲ ਨੇਮ ਵਿਦੇਨੀਆ ਸੋਮਨੀਫੇਰਾ ਹੈ ਵਿਦੇਨੀਆ ਸੋਮਨੀਫੇਰਾ ਉਹਦਾ ਜਿਹੜਾ ਹੈ ਰੂਟਸ ਯਾਨੀ ਕਿ ਜੜਾਂ ਜਿਹੜੀਆਂ ਕੰਮ ਵਿੱਚ ਲਾਈਆਂ ਜਾਂਦੀਆਂ ਨੇ ਉਹਦਾ ਜਿਹੜਾ ਕੈਮੀਕਲ ਕੰਟੈਂਟ ਹੈ ਉਸ ਦਾ ਨਾਮ ਹੈ ਵਿਦੇਨੀਆ ਤੇ ਸੌਰੀ ਵਿਦੇਨੈਮ ਤੇ ਜਿਹੜਾ ਹੈ ਕਿਸ ਵਸਤੀ ਜਿਹੜਾ ਹੈ ਵਰਤਿਆ ਜਾਂਦਾ ਹੈ ਉਹ ਜਰਨਲ ਆਪਾਂ ਮੈਡੀਸਨ ਆਪਾਂ ਲੈਂਦੇ ਹਾਂ ਉਸ ਤੋਂ ਅੱਗੇ ਹੈ ਜੀ ਸਰਫਕੰਦਾ ਸਰਫਕੰਦਾ ਇਸ ਦਾ ਬੋਟੈਨੀਕਲ ਨੇਮ rauvolfia serpentina ਹੈ rauvolfia serpentina ਤੇ ਉਹਦੇ ਵੀ ਜਿਹੜੀ ਹੈ ਜੜਾ ਆਪਾਂ ਪਰਤੋਂ ਵਿੱਚ ਲੈਂਦੇ ਹਾਂ ਇਸ ਦਾ ਜਿਹੜਾ ਕੈਮੀਕਲ ਕੰਟੈਂਟ ਹੈ ਉਸ ਦਾ ਨਾਂ ਹੈ serpentina resperin ਰੈਸ ਸਰਪਿੰਨ ਤੇ ਉਸ ਤੋਂ ਅੱਗੇ ਹੈ ਜਿਹੜਾ ਵਰਤੋਂ ਵਿੱਚ ਜਿਹੜਾ ਲੈਂਦੇ ਆ ਉਹ ਹੈ ਜੀ ਟ੍ਰੀਟ ਹਾਈਪਰ ਟੈਂਸ਼ਨ ਹਾਈਪਰ ਟੈਂਸ਼ਨ ਜਾਂ ਬਲੱਡ ਪ੍ਰੈਸ਼ਰ ਆ ਵਗੈਰਾ ਜਿਹੜਾ ਹੈ ਵੱਧ ਜਾਂਦਾ ਤਾਂ ਆਪ ਜਿਹੜਾ ਸਰਫਗੰਦੇ ਦੀ ਜਿਹੜਾ ਆਪਾਂ ਯੂਜ਼ ਵਿੱਚ ਜਿਹੜਾ ਹੈ ਵਰਤੋਂ ਵਿੱਚ ਲੈਂਦੇ ਹਾਂ ਉਸ ਤੋਂ ਅੱਗੇ ਜੀ ਇਹ ਬਹੁਤ ਇੰਪੋਰਟੈਂਟ ਹੈ ਜੀ ਤੁਸੀਂ ਇਸ ਨੂੰ ਯਾਦ ਕਰ ਲੈਣਾ ਹੈ ਸਫੇਦ ਮੁਸਲੀ ਇਹ ਦਾ ਬੋਟੈਨੀਕਲ ਨੇਮ ਕਲੋਰੋਫਾਈਟਮ ਹੈ ਜੀ ਇਹਦੀਆਂ ਵੀ ਜਿਹੜੀਆਂ ਜਿਹੜਾ ਆਪਾਂ ਵਰਤੋਂ ਵਿੱਚ ਲੈਂਦੇ ਹਾਂ ਇਹਦੇ ਜਿਹੜਾ ਕੈਮੀਕਲ ਕੰਟੈਂਟ ਹੈ ਉਹ ਸਾਬਪੋਨਿਨ ਤੇ ਇਸ ਨੂੰ ਆਪਾਂ ਇਹ ਡਾਇਬੀਟਿਸ ਯਾਨੀ ਕਿ ਸ਼ੂਗਰ ਵਗੈਰਾ ਜਿਸ ਨੂੰ ਹੋਵੇ ਸ਼ੂਗਰ ਵਗੈਰਾ ਜਿਸ ਨੂੰ ਹੋਵੇ ਉਸ ਦੇ ਜਿਹੜੇ ਸਫੇਦ ਮੁਸਲੀ ਦੇ ਜਿਹੜੇ ਵਰਤੋਂ ਵਿੱਚ ਲਏ ਜਾਂਦੇ ਹਨ ਜਾਂ ਇਸ ਨੂੰ ਆਪਾਂ ਜਿਹੜਾ ਹੈ ਸੈਕੰਡ ਸ਼ਿਲਾਜੀਤ ਵੀ ਆਪਾਂ ਕਹਿ ਦਿੰਦੇ ਹਾਂ ਇਹ ਜਿਹੜਾ ਵਰਡ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਓਪੀਐਮ ਅਫੀਮ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਇਸ ਦਾ ਜਿਹੜਾ ਬੋਟੈਨੀਕਲ ਨੇਮ ਇਸ ਜਿਹੜਾ ਹੈ ਉਹ ਪੇਪਰ ਵਰਸੋਮਨੀਫੇਰਮ ਇਹਦੇ ਦੋਸਤੋ ਜਿਹੜਾ ਫਰੂਟਸ ਜਿਹੜੀਆਂ ਡੋਡੀਆਂ ਹੁੰਦੀਆਂ ਨੇ ਪਲਾਂਟਸ ਦੇ ਉੱਤੇ ਉਹ ਜਿਹੜੀ ਹੈ ਉਹ ਵਰਤੋਂ ਵਿੱਚ ਲਿਆਂ ਜਾਂਦੇ ਨੇ ਇੱਥੇ ਜਿਹੜਾ ਹੈ ਉਹ ਜਿਹੜਾ ਕੈਮੀਕਲ ਨਿਕਲਦਾ ਰਹਿੰਦਾ ਉਸ ਨੂੰ ਆਪਾਂ ਜਿਹੜਾ ਜਦੋਂ ਹਰਬੈਸਟਿਕ ਹਰਵੈਸਟਿੰਗ ਕਰਦੇ ਹਾਂ ਤੇ ਇੱਕ ਲੋਏ ਦੀ ਪੱਤੀ ਜਾ ਲੋਹੇ ਦਾ ਜਿਹੜਾ ਚਾਕੂ ਆ ਉਸ ਤੋਂ ਆਪਾਂ ਜਿਹੜਾ ਹੈ ਇਹਨੂੰ ਖਰੋਚ ਲੈਂਦੇ ਹਾਂ ਤੇ ਜਿਹੜਾ ਹੈ ਕੈਮੀਕਲ ਆਪਾਂ ਇਕੱਠਾ ਕਰ ਲੈਂਦੇ ਹਾਂ ਉਹ ਜਿਹੜਾ OPM ਯਾਨੀ ਕਿ ਪੋਪੀ ਅਫੀਮ ਦੇ ਵਿੱਚ ਜਿਹੜਾ ਹੈ ਕਿਹੜਾ ਕਿਹੜਾ ਕੈਮੀਕਲ ਕੰਟੈਂਟ ਹੁੰਦਾ ਹੈ ਉਸ ਦਾ ਨਾਮ ਮੋਰਫਾਈਨ ਕੋਡਾਈਨ ਮੋਰਫਾਈਨ ਕੋਡਾਈਨ ਤੇ ਨਿਕੋਟਾਈਨ ਜਾਂ ਨਾਰਕੋਟਾਈਨ ਜਿਹੜਾ ਹੈ ਇਸ ਦੇ ਵਿੱਚ ਕੈਮੀਕਲ ਕੰਟੈਂਟ ਹੁੰਦਾ ਹੈ اے دوستو کس واسطے ਜਿਹੜਾ ਹੈ ਪੋਪੀ ਹੋਵੇ ਜਿਹੜਾ ਫੀਮ ਵਰਤੇ ਜਾਂਦਾ ਹੈ ਇਹ ਪੇਨ ਕਿਲਰ ਯਾਨੀ ਕਿ ਜਿੱਥੇ ਆਪਣੇ ਸਰੀਰ ਦੇ ਵਿੱਚ ਕਿਤੇ ਵੀ ਜਿਹੜਾ ਦਰਦ ਹੁੰਦਾ ਹੋਵੇ ਤਾਂ ਜਿਹੜਾ ਅਫੀਮ ਦੇ ਜਿਹੜਾ ਫਰੂਟਸ ਯਾਨੀ ਕਿ ਅਫੀਮ ਵਰਤੀ ਜਾਂਦੀ ਹੈ ਯਾ ਇਸ ਨੂੰ ਆਪਾਂ ਗੋਡ ਆਫ 슬ੀਪ ਕਹਿ ਦਿੰਦੇ ਹਾਂ ਗੋਡ ਆਫ 슬ੀਪ ਜਿਹੜਾ ਹੈ ਜਿਹੜਾ ਫੀਮ ਨੂੰ ਆਪਾਂ ਕਹਿ ਦਿੰਦੇ ਹਾਂ ਯਾ ਇਸ ਨੂੰ ਗੋਡ ਆਫ 슬ੀਪ ਦੋਸਤੋ ਇਹ ਜਿਹੜਾ ਹੈ ਨਸ਼ੀ ਦੇ ਤੌਰ ਤੇ ਵੀ ਇਸ ਨੂੰ ਬਰਤੀ ਜਾਂਦਾ ਹੈ ਉਸ ਤੋਂ ਅੱਗੇ ਕਿਉਰ ਲੁਕੀਮਿਆਈ ਲੁਕੀਮਿਆ ਜਿਹੜੀ ਡਿਸੀਜ਼ ਹੁੰਦੀ ਹੈ ਇਸ ਨੂੰ ਇਸ ਨੂੰ ਵੀ ਜਿਹੜਾ ਹੈ ਠੀਕ ਕਰਨ ਲਈ ਜਿਹੜਾ ਓਪੀਐਮ ਯਾਨੀ ਕਿ ਫੇਮ ਦੀ ਜਿਹੜੀ ਪਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਬਗੋਲ ਇਸ ਬਗੋਲ ਜਿਹੜਾ ਨਾ ਬਹੁਤਿਆਂ ਨੇ ਸੁਣੀ ਹੋਊਗਾ ਇਸ ਬਗੋਲ ਦਾ ਛਿਲਕਾ ਇਸ ਦਾ ਹੁੰਦਾ ਛਿਲਕਾ ਇਸ ਦਾ ਜਿਹੜਾ ਬੋਟੈਨੀਕਲ ਨੇਮ ਹੈ ਪਲੈਂਟੈਗੋ ਓਵੇਟਾ ਇਸ ਦਾ ਜਿਹੜਾ ਬੋਟੈਨੀਕਲ ਨੇਮ ਹੈ ਇਸ ਦੇ ਜਿਹੜੇ ਹਸਕ ਜਾਂ ਸੀਡ ਇਸ ਦੇ ਤੁਸੀਂ ਦੇਖਿਆ ਹੋਣਾ ਇਸ ਬੋਲ ਦਾ ਜਿਹੜਾ ਪੈਕੇਟ ਆਉਂਦਾ ਹੈ ਉਸ ਦੇ ਵਿੱਚ ਜਿਹੜਾ ਹੈ ਬੂਰਾ ਜਿਹਾ ਹੁੰਦਾ ਹੈ ਜਾਂ ਉਹਦੇ ਵਿੱਚ ਜਿਹੜੇ ਹੈ ਛੋਟੇ ਛੋਟੇ ਬੀਜ ਹੁੰਦੇ ਨੇ ਉਹਨਾਂ ਨੂੰ ਆਪਾਂ ਜਿਹੜਾ ਹੈ ਪਰਤੋਂ ਵਿੱਚ ਲੈਂਦੇ ਹਾਂ ਤੇ ਜਿਹੜਾ ਕੈਮੀਕਲ ਕੰਟੈਂਟ ਹੁੰਦਾ ਉਸ ਦੇ ਵਿੱਚ ਉਹਦਾ ਨਾਂ ਹੈ ਮਿਊਸੀਲੇਜ ਮਿਊਸੀਲੇਜ ਤੇ ਉਸ ਦੇ ਕੀ ਕੀ ਯੂਸੇਸ ਨੇ ਆਪਾਂ ਦੇਖਦੇ ਹਾਂ ਵਰਤੋਂ ਲਗਜ਼ਰਟੀ ਹੁੰਦਾ ਹੈ ਜਿਹੜਾ ਅਗੇਂਸਟ ਇਰੀਟੇਸ਼ਨ ਇਨ ਗੈਸਟੋਇੰਟਸਟਾਈਨ ਟ੍ਰੈਕਟ ਯਾਨੀ ਕਿ ਟਿੱਡ ਦੇ ਵਿੱਚ ਜਿਹੜਾ ਹੈ ਇਹ ਤੁਸੀਂ ਪੈਨਕ੍ਰੀਆਸ ਸੀ ਨਾ ਸੁਣਿਆ ਹੋਊਗਾ ਇਹਦੇ ਵਿੱਚ ਜਿਹੜਾ ਹੈ ਟਿੱਡ ਦੇ ਵਿੱਚ ਜਿਹੜਾ ਵੀ ਗੈਸਿਸ ਜੜੀਆਂ ਬਣਦੀਆਂ ਨੇ ਜਾਂ ਜੋ ਵੀ ਟਿੱਡ ਦੇ ਵਿੱਚ ਜਿਹੜੀ ਹੈ ਬਿਮਾਰੀ ਬਣਦੀ ਹੈ ਤੇ ਉਸ ਨੂੰ ਜਿਹੜਾ ਕਿਉਰ ਕਰਨ ਦੇ ਵਾਸਤੇ ਜਿਹੜਾ ਹੈ ਇਸ ਬਗੋਲ ਦੇ ਜਿਹੜਾ ਛਿਲਕਾ ਉਹ ਲਿਆ ਜਾਂਦਾ ਹੈ। ਦੋਸਤੋ ਅੱਗੇ ਹੈ ਜੀ Google 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 ਤੁਸੀਂ ਨਾਂ ਸੁਣਿਆ ਹੋਊਗਾ। Google ਇਸ ਨੂੰ ਜਿਹੜਾ ਹੈ ਬੋਟੈਨੀਕਲ ਨੇਮ ਹੋਤਾ કોਨਿੰਫੋਰਾ ਤੇ ਵਿਗਟਾਈ ਜਿਹੜਾ ਹੈ ਇਸ ਦਾ ਬੋਟੈਨੀਕਲ ਨੇਮ ਹੈ। ਇਸ ਦੇ ਵਿੱਚ ਜਿਹੜੇ ਜਿਹੜੇ ਪਲਾਂਟ ਪਾਰਟਸ ਨੇ ਉਹ ਦੋਸਤੋ ਗਮ ਯਾਨੀ ਕਿ ਇਹ ਦੇ ਵਿੱਚ ਗੂੰਦ ਜਾਂ ਰੈਜ਼ਿਨਸ ਰੈਜ਼ਿਨਸ ਵੀ ਦੋਸਤੋ ਜਿਹੜਾ ਹੈ ਗੂੰਦ ਨੂੰ ਕਿਹਾ ਜਾਂਦਾ ਹੈ ਜਿਵੇਂ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਕਿਕਰ ਦੇ ਜਿਹੜਾ ਜਦੋਂ ਕਿਕਰ ਜਿਹੜੀ ਹੁੰਦੀ ਹੈ ਕਿਕਰ ਜਿਹੜਾ ਦਰਕਤ ਹੁੰਦਾ ਹੈ ਉਸ ਦੇ ਜਿਹੜਾ ਇੱਥੋਂ ਜਿਹੜਾ ਪੇਟ ਦੇ ਵਿੱਚ ਜਿਹੜਾ ਹੈ ਯਾਨੀ ਕਿ ਜਿਹੜੀ ਹੈ ਸ਼ੂਟ ਹੁੰਦੀ ਹੈ ਉਹਦੇ ਵਿੱਚੋਂ ਜਿਹੜਾ ਹੈ ਜਿਹੜਾ ਰੈਜ਼ਿਜ਼ ਯਾਨੀ ਕਿ ਗਮ ਜਿਹੜਾ ਨਿਕਲਦਾ ਰਹਿੰਦਾ ਹੈ ਉਸ ਨੂੰ ਆਪਾਂ ਗਮ ਯਾ ਰੈਜ਼ਿਨਸ ਬੋਲ ਦਿੰਦੇ ਹਾਂ ਉਹ ਜਿਹੜਾ ਕਿਹੜਾ ਕੈਮੀਕਲ ਕੰਟੈਂਟ ਹੁੰਦਾ ਗੂਗਲ ਦੇ ਵਿੱਚ ਗੂਗਲ ਦੇ ਵਿੱਚ ਜਿਹੜਾ ਹੈ ਗੂਗੂ ਗੂਗਲੀ ਲਿਪਿਡਸ ਹੁੰਦਾ ਹੈ ਗੂਗਲ ਲਿਪਿਡਸ ਗੂਗਲ ਲਿਪਿਡਸ ਜਿਹੜਾ ਹੈ ਕੈਮੀਕਲ ਕੰਟੈਂਟ ਹੁੰਦਾ ਹੈ ਇਹ ਦੋਸਤੋ ਉਬੈਸਟੀ ਜਿਹੜੀ ਹੈ ਉਸ ਨੂੰ ਟ੍ਰੀਟ ਕਰਨ ਲਈ ਵਰਤੇ ਜਾਂਦਾ ਹੈ ਇਹਦੇ ਵਿੱਚ ਜਿਹੜਾ ਹੈ ਰਿਡਿਊਸ ਕੋਲੇਸਟ੍ਰੋਲ ਕੋਲੇਸਟ੍ਰੋਲ ਜਿੱਦੇ ਵਿੱਚ ਜਿਹੜਾ ਹੈ ਮੋਟਾਪਾ ਆ ਜਾਂਦਾ ਹੈ ਉਸ ਨੂੰ ਜਿਹੜਾ ਹੈ ਕਿਓ ਕਿਓਰ ਕਰਨ ਵਾਸਤੇ ਜਿਹੜਾ ਹੈ ਗੂਗਲ ਦੇ ਜਿਹੜਾ ਗਮ ਜਾਂ ਰੈਜ਼ਿਨਸ ਆਪਾਂ ਪਰਤوں ਵਿੱਚ ਲੈਂਦੇ ਹਾਂ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਸਾਰੇ ਨੂੰ ਸਮਝ ਆ ਗਈ ਹੋएगी ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ Thank you.